किसान जथेबंदियों के वालों लगातार अमृतसर डिप्टी कमिश्नर के दफ्तर के बाहर धरना लाया गया सी, जिस दे चौथे दिन अज अमृतसर केंद्रीय जेल के बाहर केंद्र की मोदी सरकार के खिलाफ किसानों नूं जाड़न लई तीन ऑर्डिनेंसा नूं लैके आउण संबंधी प्रदर्शन किया गया और जेल प्रशासन नूं गिरफ्तारियां देने की मांग की गई। पूरे पंजाब च असीं ऐलान किया सीगा ਵੀ ਆਪਾਂ ਜੇ ਜੋ ਸਰਕਾਰ ਦਾ ਰੌਂ ਰਵੱਈਆ ਵਾ ਅੱਜ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਦੇ ਅੱਗੇ ਪੇਸ਼ ਹੋ ਕੇ ਵਲੰਟੀਅਰ ਗ੍ਰਿਫਤਾਰੀਆਂ ਦੇਵਾਂਗੇ। ਸੋ ਅੱਜ ਵੀ ਥੋੜ੍ਹੀ ਦੇਰ ਬਾਅਦ ਅਸੀਂ 51 ਮੈਂਬਰੀ ਜਥਾ ਪੇਸ਼ ਕਰਾਂਗੇ। ਸਾਹਿਬ ਸਿੰਘ ਕੱਕੜ ਸਾਡੇ ਕਾਗੂ ਨੇ, ਉਹਨਾਂ ਦੇ ਪੋਤੇ ਪੋਤਰੀ ਪਰਿਵਾਰ ਵੀ ਉਹਨਾਂ ਦਾ ਜੇਲ੍ਹ 'ਚ ਜਾਊਗਾ। ਸੋ ਇਸ ਕਿਸਮ ਦੀਆਂ ਭਾਵਨਾ ਵੀ ਹੈਗੀਆਂ। ਦੂਸਰਾ, ਜੋ ਸਰਕਾਰ ਦਾ ਹੀ ਰਵੱਈਆ ਵੇਖ ਰਹੇ ਹਾਂ ਵੀ ਜਿਹੜੇ ਖੇਤੀ ਦੇ 3 ਆਰਡੀਨੈਂਸ ਆ, ਬਿਜਲੀ ਸੋਧ ਬਿੱਲ 200 ਵੀ ਆ, ਉਹਨਾਂ ਨੂੰ ਰੱਦ ਕਰਾਉਣ ਵਾਸਤੇ ਅਸੀਂ ਜਿਹੜਾ ਇਹ ਅੰਦੋਲਨ ਚਲਾ ਰਹੇ ਹਾਂ। ਸੋ ਅਜੇ ਤੱਕ ਜੋ ਸਾਨੂੰ ਦਿਖਿਆ ਵਾ ਵੀ ਮੋਦੀ ਸਰਕਾਰ ਕਿਸਾਨਾਂ ਮਜ਼ਦੂਰਾਂ ਭਾਰਤ ਦੇ ਲੋਕਾਂ ਦੀ ਗੱਲ ਸੁਣਨ ਦੀ ਬਜਾਏ ਸਗੋਂ ਅੰਬਾਨੀਆਂ ਅਡਾਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੀ ਗੱਲ ਸੁਣ ਰਹੀ ਆ। ਲੋਕਤੰਤਰ ਨਹੀਂ ਹੈਗਾ ਭਾਰਤ ਦੇ ਵਿੱਚ, ਭਾਰਤ ਦੀ ਸਰਕਾਰ ਡਿਕਟੇਟ ਕਰ ਰਹੀ ਆ ਪੂਰੀ ਤਰ੍ਹਾਂ। ਤੁਸੀਂ ਵੇਖੋ ਅੰਦੋਲਨ ਵੱਧ ਰਿਹਾ ਵਾ। ਕੱਲ੍ਹ ਹਰਿਆਣਾ ਦੇ ਕਿਸਾਨਾਂ ਦੇ ਲਾਠੀਚਾਰਜ ਹੋਇਆ, ਜਿਹਦੀ ਸਖ਼ਤ ਸ਼ਬਦਾਂ 'ਚ ਅਸੀਂ ਨਿੰਦਾ ਕਰਦੇ ਹਾਂ, ਪਰ ਹਰਿਆਣਾ ਦੇ ਕਿਸਾਨਾਂ ਨੂੰ ਵਧਾਈ ਹੋਣੀ ਚਾਹੀਦੀ ਆ। ਉਹਨਾਂ ਨੇ ਵੱਡੀ ਸੜਕ ਜਾਮ ਕਰਕੇ ਖੱਟਰ ਸਰਕਾਰ ਨੂੰ ਗੋਡਿਆਂ ਪਰਨੇ ਕੀਤਾ ਅਤੇ ਗੋਡੇ ਪਰਨੇ ਕਰਕੇ ਉਹਨਾਂ ਨੇ ਰੈਲੀ ਕੀਤੀ। ਅਸੀਂ ਹਰਿਆਣੇ ਦੇ ਕਿਸਾਨਾਂ ਨੂੰ ਕਹਿਣਾ ਚਾਹੁੰਦੇ ਹਾਂ ਵੀ ਪੂਰਾ ਪੰਜਾਬ ਤੁਹਾਡੇ ਨਾਲ ਖੜਾ। ਹਰਿਆਣੇ ਦੇ ਆੜ੍ਹਤੀਆਂ ਨੂੰ ਕਹਿਣਾ ਚਾਹੁੰਦੇ ਵੀ ਤੁਹਾਡਾ ਪੰਜਾਬ ਅਸੀਂ ਤੁਹਾਡੇ ਘੋਲ ਨੂੰ ਸਜਦਾ ਕਰਦੇ ਹਾਂ ਔਰ ਤੁਹਾਨੂੰ ਵਾਅਦਾ ਕਰਾਉਂਦੇ ਹਾਂ ਵੀ ਤੁਹਾਡੇ ਮਗਰਿਆਂ ਜਿਹੜਾ 20 ਤਰੀਕ ਦਾ ਉਹਨਾਂ ਦਾ ਅੰਦੋਲਨ ਆ ਰਿਹਾ ਵਾ ਉਹਦੇ ਵਿੱਚ ਵੀ ਸਮਰਥਨ ਕਰਾਂਗੇ। ਜਿਹੜਾ ਅਸੀਂ ਇਹਦੋਂ ਗਾਹਾਂ ਜਿਹੜੇ ਸਾਂਝੇ ਅੰਦੋਲਨ 1-14 ਨੂੰ ਅੰਦੋਲਨ ਆ ਰਿਹਾ ਵਾ, 250 ਜਥੇਬੰਦੀਆਂ ਦਾ ਦੇਸ਼ ਵਿਆਪੀ, ਉਹਦੀ ਹਮਾਇਤ ਵੀ ਕਰਾਂਗੇ। ਉਹਦਾ ਐਲਾਨ ਜਿਹੜਾ ਵਾ ਅਸੀਂ ਅੱਜ ਕਰ ਦੇਣਾ ਵਾ, 2-3 ਘੰਟਿਆਂ ਬਾਅਦ 3 ਵਜੇ ਐਲਾਨ ਹੋ ਜਾਣਾ ਅਤੇ ਐਲਾਨ ਬਹੁਤ ਤਿੱਖਾ ਕਰਾਂਗੇ ਸਾਂਝਾ। ਇਹ ਤੋਂ ਗਾਹਾਂ 15 ਤਰੀਕ ਨੂੰ ਵੀ ਜਥੇਬੰਦੀਆਂ ਦਾ ਵੱਡਾ ਅੰਦੋਲਨ ਆ, ਉਹਦੇ ਵਾਸਤੇ ਵੀ ਤਾਲਮੇਲ ਵਾ ਆਪਾਂ ਵੀ ਕਰਾਂਗੇ ਅਤੇ ਉਹ ਵੀ ਕਰਨਗੇ, ਇੱਕ ਸਾਂਝੇ ਸੰਘਰਸ਼। ਤੁਸੀਂ ਵੇਖੋਗੇ 14 ਅਤੇ 15 ਨੂੰ ਬਹੁਤ ਵੱਡਾ ਅੰਦੋਲਨ ਪੰਜਾਬ ਦੇ ਵਿੱਚ ਹੋਊਗਾ, ਦੇਸ਼ ਵਿਆਪੀ ਇਹ ਅੰਦੋਲਨ ਆ। ਤੋ ਕੇਂਦਰ ਦੀ ਸਰਕਾਰ ਨੂੰ ਲੋਕਾਂ ਦੀਆਂ ਗੱਲਾਂ ਧਿਆਨ ਵਿੱਚ ਰੱਖਦਿਆਂ ਲੋਕਾਂ ਨਾਲ ਟੋਕ ਕਰਕੇ ਸਾਡੇ ਨਾਲ ਗੱਲਬਾਤ ਕਰਕੇ ਸਾਡੀ ਆਵਾਜ਼ ਨੂੰ ਸੁਣਿਆ ਜਾਵੇ। ਇਹ ਤੋਂ ਗਾਹਾਂ ਘੱਟੋ ਘੱਟ ਵੀ 200 ਤੋਂ ਵੱਧ ਜਿਹੜੇ ਸੰਸਦ ਆ ਉਹ ਕਿਸਾਨੀ ਖੇਤਰ ਤੋਂ ਸਿੱਧੇ ਸਿੱਧੇ ਉਹਨਾਂ ਦਾ ਪਿਛੋਕੜ ਕਿਸਾਨੀ ਵਾਲਾ ਵਾ।